ਵਰਸਦੀ ਵਿਰਾਸਤ ਦੇ ਵਿੱਚੋਂ ਪਹਿਲਾ ਮਾਂ ਪਤਨੀ ਲੜਕੇ ਤੇ ਲੜਕੀਆਂ ਨੂੰ ਸਾਰਿਆਂ ਨੂੰ ਇੱਕ ਇੱਕ ਹਿੱਸਾ ਬਰਾਬਰ ਜਾਂਦਾ ਹੈ ਜੇਕਰ ਕੋਈ ਲੜਕਾ ਜਾਂ ਲੜਕੀ ਪਹਿਲਾਂ ਹੀ ਮਰ ਚੁੱਕਾ ਹੋਵੇ ਤਾਂ ਉਸ ਦੀ ਵਿਧਵਾ ਸਮੇਤ ਬਾਰਸਾਂ ਨੂੰ ਇੱਕ ਇੱਕ ਜਿਹੜਾ ਹਿੱਸਾ ਜਾਂਦਾ ਹੈ ਜੇਕਰ ਕੋਈ ਸ਼ਾਦੀशुदा ਲੜਕੀ ਪਹਿਲਾਂ ਹੀ ਮਰੀ ਹੋਈ ਹੋਵੇ ਤਾਂ ਜਿਹੜੇ ਉਸ ਦੇ ਪਤੀ ਨੂੰ ਛੱਡ ਕੇ ਬਾਕੀ ਬੱਚਿਆਂ ਨੂੰ ਸਿਰਫ ਇੱਕ ਇੱਕ ਹਿੱਸਾ ਜਿਹੜਾ ਉਹ ਵਿਰਾਸਤ ਦਾ ਜਾਂਦਾ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਸੌਰਧੀ ਵਿਰਾਸਤ ਵਿੱਚੋਂ ਉਸਦੀ ਨੂਨ ਵੀ ਹਿੱਸਾ ਲੈਂਦਾ ਹੈ ਜੇਕਰ ਪਤੀ ਪਹਿਲਾਂ ਹੀ ਮਰ ਚੁੱਕਾ ਹੋਵੇ ਪਰੰਤੂ ਪਹਿਲੀ ਹੀ ਸਟੇਜ ਉੱਪਰ ਜਿਹੜਾ ਸੱਸ ਦੀ ਵਿਰਾਸਤ ਨੂੰ ਠੀਕ ਹੈ ਪਹਿਲੀ ਸਟੇਜ ਦੇ ਉੱਪਰ ਜਾਨਕਿ ਸੱਸ ਦੀ ਵਿਰਾਸਤ ਜਿਹੜੀ ਉਹ ਨੂਨ ਨੂੰ ਨਹੀਂ ਜਾਂਦੀ ਇਸੇ ਤਰ੍ਹਾਂ ਹੀ ਨੂਨ ਦੀ ਵਿਰਾਸਤ ਜਿਹੜੀ ਪਹਿਲੀ ਸਟੇਜ ਦੇ ਉੱਪਰ ਸੱਸ ਨੂੰ ਨਹੀਂ ਜਾਂਦੀ ਹੁਣ ਗੱਲ ਕਰਦੇ ਹਾਂ ਕਿਸੇ ਔਰਤ ਦੀ ਵਿਰਾਸਤ ਉਸਦੇ ਪੁੱਤਰਾਂ ਧੀਆਂ ਅਤੇ ਪਤੀ ਨੂੰ ਜਾਂਦੀ ਹੈ ਪਰੰਤੂ ਜਿਵਾਈ ਤੇ ਸੱਸ ਅਤੇ ਨੂੰ ਨੂੰ ਨਹੀਂ ਜਾਂਦੀ ਜੇਕਰ ਉਸ ਦਾ ਕੋਈ ਪੁੱਤਰ ਜਾਂ ਧੀ ਪਹਿਲਾਂ ਹੀ ਮਰ ਚੁੱਕਾ ਹੋਵੇ ਤਾਂ ਉਸ ਦੀ ਵਿਰਾਸਤ ਪੋਤੇ ਤੇ ਪੋਤੀਆਂ ਅਤੇ ਦੋਤੇ ਤੇ ਦੋਤੀਆਂ ਨੂੰ ਜਾਂਦੀ ਹੈ ਜਿਹੜੀ ਧਾਰਾ 15 ਹਿੰਦੂ ਵਿਰਾਸਤ ਕਾਨੂੰਨ 1956 ਦੇ ਮੁਤਾਬਕ ਹੁਣ ਗੱਲ ਕਰਦੇ ਹਾਂ ਕਿਸੇ ਲੜਕੇ ਦੇ ਬਿਨਾਂ ਸ਼ਾਦੀ ਜਾਂ ਬਿਨਾਂ ਔਲਾਦ ਦੇ ਮਰ ਜਾਣ ਕਰਕੇ ਜਿੱਦੀ ਉਸ ਦੀ ਸਾਰੀ ਵਿਰਾਸਤਾ ਉਸ ਦੀ ਸਿਰਫ ਮਾਂ ਨੂੰ ਜਾਂਦੀ ਹੈ ਜੇਕਰ ਮਾਂ ਪਹਿਲਾਂ ਹੀ ਮਰੀ ਹੋਈ ਹੋਵੇ ਤਾਂ ਉਸ ਦੇ ਪਿਤਾ ਨੂੰ ਜਾਵੇਗੀ ਠੀਕ ਹੈ ਜੇਕਰ ਪਿਤਾ ਵੀ ਨਾ ਹੋਵੇ ਤਾਂ ਫਿਰ ਉਸ ਦੇ ਭੈਣ ਭਰਾਵਾਂ ਨੂੰ ਜੋ ਵੀ ਜਿੰਦਾ ਹਨ ਉਹਨਾਂ ਨੂੰ ਉਸ ਦੀ ਵਿਰਾਸਤ ਜਾਵੇਗੀ ਜੇਕਰ ਮਰਨ ਵਾਲੇ ਦੀਆਂ ਦੋ ਪਤਨੀਆਂ ਹੋਣ ਤਾਂ ਦੋਨਾਂ ਪਤਨੀਆਂ ਨੂੰ ਇੱਕ ਇੱਕੇ ਸਾਂ ਮਿਲਦਾ ਹੈ ਜੇਕਰ ਮਰਨ ਵਾਲੇ ਦੀਆਂ ਦੋਨੋਂ ਪਤਨੀਆਂ ਵਿੱਚੋਂ ਇੱਕ ਪਤਨੀ ਦਾ ਇੱਕ ਬੱਚਾ ਹੋਵੇ ਤੇ ਦੂਸਰੀ ਦੇ ਤਿੰਨ ਬੱਚੇ ਹੋਣ ਤਾਂ ਚਾਰ ਹੀ ਬੱਚਿਆਂ ਨੂੰ ਜਿਹੜਾ ਬਰਾਬਰ ਬਰਾਬਰ ਹਿੱਸਾ ਮਿਲੇਗਾ ਜੇਕਰ ਕਿਸੇ ਮਰਨ ਵਾਲੀ ਔਰਤ ਦਾ ਕੋਈ ਵੀਨਾ ਹੋਵੇ ਠੀਕ ਹੈ ਅਤੇ ਪਤੀ ਵੀ ਪਹਿਲਾਂ ਹੀ ਮਰ ਚੁੱਕਾ ਹੋਵੇ ਤਾਂ ਫਿਰ ਉਸ ਦੀ ਵਿਰਾਸਤ ਉਸ ਦੇ ਪਤੀ ਦੇ ਵਾਰਸਾਂ ਨੂੰ ਜਾਂਦੀ ਹੈ ਇਸੇ ਤਰ੍ਹਾਂ ਹੀ ਉਸ ਦੀ ਜਿੰਦਾ ਸੱਸ ਨੂੰ ਵੀ ਹਿੱਸਾ ਮਿਲ ਜਾਂਦਾ ਹੈ ਕਿਉਂਕਿ ਉਸ ਦੀ ਸੱਸ ਉਸ ਦੇ ਪਤੀ ਦੇ ਵਾਰਸਾਂ ਵਿੱਚੋਂ ਹੀ ਹੁੰਦੀ ਹੈ ਇਸੇ ਤਰ੍ਹਾਂ ਜੇਕਰ ਕੋਈ ਸੱਸ ਮਰ ਜਾਵੇ ਅਤੇ ਉਸ ਦਾ ਪਤੀ ਅਤੇ ਇੱਕੋ ਇੱਕ ਸ਼ਾਦੀ ਸ਼ੂ ਦਾ ਲੜਕਾ ਵੀ ਜਿਹੜਾ ਪਹਿਲਾਂ ਹੀ ਮਰ ਗਿਆ ਹੋਵੇ ਤਾਂ ਕੋਈ ਪੋਤਾ ਪੋਤੀ ਵੀ ਨਾ ਹੋਣ ਕੇਵਲ ਨੂੰ ਜਿੰਦਾ ਹੋਵੇ ਤਾਂ ਦੂਸਰੀ ਸਟੇਜ ਦੇ ਵਿੱਚ ਸੱਸ ਦੀ ਸਾਰੀ ਵਿਰਾਸਤ ਉਸ ਦੀ ਨੂੰ ਨੂੰ ਹੀ ਜਾਵੇਗੀ ਜੇਕਰ ਮਰਨ ਵਾਲੇ ਦਾ ਅੱਗੇ ਪਿੱਛੇ ਕੋਈ ਵਾਰਸ ਨਾ ਹੋਵੇ ਤਾਂ ਸਾਰੀ ਵਿਰਾਸਤ ਜਿਹੜੀ ਉਹ ਸਰਕਾਰ ਨੂੰ ਜਾਵੇਗੀ ਜੇਕਰ ਮਰਨ ਵਾਲੇ ਦੀ ਮੌਤ ਵੇਲੇ ਉਸ ਦੀ ਪਤਨੀ ਗਰਭਤੀ ਹੋਵੇ ਤਾਂ ਉਸ ਦੀ ਪਤਨੀ ਦੇ ਪੇਟ ਅੰਦਰਲੇ ਬੱਚੇ ਨੂੰ ਵੀ ਜਨਮ ਤੋਂ ਮਗਰੂ ਠੀਕ ਹੈ ਜਨਮ ਤੋਂ ਮਗਰੂ ਜਿਹੜਾ ਦੂਸਰੇ ਬੱਚਿਆਂ ਦੇ ਬਰਾਬਰ ਦਾ ਹਿੱਸਾ ਮਿਲੇਗਾ ਪਰੰਤੂ ਜੇਕਰ ਉਸ ਦੇ ਬੱਚੇ ਨੇ ਜਿੰਦਾ ਹਾਲਤ ਵਿੱਚ ਜਨਮ ਲਿਆ ਹੋਵੇ ਠੀਕ ਹੈ ਇਸ ਤੋਂ ਲਾਭ ਕਿਸੇ ਵਾਰਸ ਦੇ ਬਿਮਾਰੀ ਦੀ ਹਾਲਤ ਵਿੱਚ ਹੋਣ ਕਾਰਨ ਜਾਂ پاਗਲ ਹੋਣ ਕਰਕੇ ਉਸ ਨੂੰ ਵਿਰਾਸਤ ਦੇ ਹੱਕ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ ਜੇਕਰ ਕੋਈ ਵਾਰਸ ਆਪਣੇ ਪਿਤਾ ਜਾਂ ਉਸ ਔਰਤ ਜਾਂ ਪੁਰਸ਼ ਨੂੰ ਕਤਲ ਕਰ ਦਿੰਦਾ ਹੈ ਜਿਸ ਦੀ ਵਿਰਾਸਤ ਵਿੱਚੋਂ ਕੋਈ ਹਿੱਸਾ ਲੈਣ ਦਾ ਠੀਕ ਹੈ ਕਾਨੂੰਨੀ ਤੌਰ ਤੇ ਉਹ ਹੱਕਦਾਰ ਹੈ ਪਰੰਤੂ ਕਤਲ ਕਰਨ ਦੇ ਮਗਰੋਂ ਜਿਹੜਾ ਵਿਅਕਤੀ ਹੋ ਕਤਲ ਹੋਣ ਵਾਲੀ ਵਿਅਕਤੀ ਦੀ ਵਿਰਾਸਤ ਵਿੱਚੋਂ ਕੋਈ ਵੀ ਹਿੱਸਾ ਨਹੀਂ ਲੈ ਸਕਦਾ ਜੇਕਰ ਉਹ ਕਤਲ ਕਰ ਦਿੰਦੇ ਜਿਸ ਦਾ ਉਹਨੂੰ ਹਿੱਸਾ ਆਉਣਾਗਾ ਸੋ ਇਹ ਸੀ ਦੋਸਤੋ ਕੁਝ ਮੇਨ ਪੁਆਇੰਟ ਵਿਰਾਸਤ ਦੇ ਨਾਲ ਰਿਲੇਟਡ ਜੇਕਰ ਤੁਸੀਂ ਇਸ ਤੇ ਡਿਟੇਲ ਦੇ ਵਿੱਚ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਜਰੂਰ ਕਰਿਓ ਬਾਕੀ ਆਪਾਂ ਕੋਸ਼ਿਸ਼ ਕਰਦੇ ਅਗਲੀ ਵੀਡੀਓ ਵੀ ਵਿਰਾਸਤ ਚੜਾਈ ਕਿਵੇਂ ਜਾਂਦੀ ਹੈ ਠੀਕ ਹੈ ਕੱਲੇ ਕੱਲੇ ਜੋ ਵੀ ਆਪਾਂ ਅੱਜ ਟੌਪਿਕ ਦੱਸਿਆ ਇਸ ਦੇ ਉੱਪਰ ਕਲੀਅਰ ਕਰੀਏ ਵੀ ਜੇਕਰ ਇਸ ਸਟੇਜ ਦੇ ਵਿੱਚ ਆਉਂਦੀ ਹੈ ਵਿਰਾਸਤ ਤਾਂ ਕਿਵੇਂ ਚੜੂ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਸ਼ੀਅਕਾਲ ਹੱਸਦੇ ਵਸਦੇ